वीडियो वेख रहे सारे ही सब्सक्राइबरों ते चैनल ते नवे आए दर्शकों मेरे वालों प्यार भरी सत श्री अकाल। दोस्तों अज दे इस वीडियो विच असी सीखन जावांगे कि किवें तुसी चैक कर सकते हैगे हो जेकर तुसी अपना डेट ऑफ बर्थ का सर्टिफिकेट जिहड़ा आ अपलाई कीता होया जां फिर तुसी अपने डेट ऑफ बर्थ के सर्टिफिकेट विच कुछ करैक्शन कराई है ते तुसी उहदा जिहड़ा स्टेटस आ तुसी किवें चैक कर सकते हैगे हो। सो पूरी जानकारी जिहड़ी आ तुहानू इस वीडियो विच सीखन नूं मिलेगी। जेकर चैनल ते नवे आए हो चैनल नूं सबसक्राइब जरूर कर लवो नवीं तों नवीं वीडियो की अपडेट लैण वास्ते। सब तो पहलां जिवें कि असीं गूगल ते जावांगे जी, ठीक है। सो जेकर तुसी कोई भी ब्राउज़र यूज़ कर रहे हैगे हो सो तुसी google.com जिहड़ी वैबसाइट हैगी आ उह तुसी ओपन कर लेनी हैगी आ। वैबसाइट ते जाके तुसी सर्च कर लेना हैगा ई सेवा पंजाब, ठीक है जी। सो जिहड़ा ये स्टेटस जिहड़ा तुसी चैक कर सकते हैगे आ उह असीं सिर्फ पंजाब स्टेट का ही चैक कर सकते हैगे आ। ई सेवा पंजाब आ जिहड़ा उह तुसी इहदे विच टाइप कर देना। ई सेवा पंजाब टाइप करन तों बाद तुसी सर्च कर लेनी हैगी आ गूगल ते, ठीक है। सो इत्थे थोड़ी जी प्रॉब्लम आ रही है, नैट ऑफ सी मेरा, ठीक है जी। सो बस हुण ई सेवा पंजाब जदों असीं सर्चिंग कीती हैगी आ तां तुसीं देखोगे कि इत्थे जिहड़ियां ई सेवा पंजाब दी सर्च होण तों बाद कुछ जिहड़ियां वैबसाइट हैगियां आ वो तुहाडे सामने जिहड़ियां नज़र आणगियां। जिवें कि तुसीं देख रहे हो सब तो पहली नंबर ते जिहड़ी ऑफिशियल वैबसाइट आ रही हैगी आ ई सेवा पंजाब .gov.in। बस इस वैबसाइट नूं तुसीं जिहड़ा आ उह क्लिक कर देना हैगा, ठीक है जी। इस वैबसाइट जदों तुसीं क्लिक कर दोगे ਤਾਂ ਤੁਸੀਂ ਜਿਹੜਾ ਐਪਲੀਕੇਸ਼ਨ ਜਿਹੜੀ ਤੁਹਾਨੂੰ ਰਸੀਦ ਮਿਲੀ ਹੋਏਗੀ ਸੁਵਿਧਾ ਕੇਂਦਰ ਦੇ ਵਿੱਚੋਂ, ਜਿਸ ਜਦੋਂ ਤੁਸੀਂ ਆਪਣਾ ਡੇਟ ਔਫ ਬਰਥ ਸਰਟੀਫਿਕੇਟ ਅਪਲਾਈ ਕੀਤਾ ਸੀ ਜਾਂ ਫਿਰ ਕੋਈ ਉਹਦੇ ਵਿੱਚ ਕਰੈਕਸ਼ਨ ਕਰਾਈ ਸੀ ਉਦੋਂ ਤੁਹਾਨੂੰ ਇੱਕ ਰਸੀਦ ਹੈ ਜਿਹੜੀ ਉਹ ਮਿਲਦੀ ਹੈਗੀ ਆ। ਉਹ ਰਸੀਦ ਦੀ ਜਿਹੜੀ ਫੋਟੋ ਹੈਗੀ ਉਹ ਤੁਸੀਂ ਲੈਫਟ ਸਾਈਡ 'ਤੇ ਜਿਵੇਂ ਕਿ ਸਕਰੀਨ 'ਤੇ ਦੇਖ ਰਹੇ ਹੈਗੇ ਹੋ, ਬਸ ਉਹਦੇ ਨੀਚੇ ਜਿਹੜਾ ਉੱਪਰ QR ਕੋਡ ਹੁੰਦਾ ਆ, QR ਕੋਡ ਹੁੰਦਾ ਇੱਕ ਤਾਂ ਇੱਕ ਤੁਹਾਡਾ ਹੁੰਦਾ ਐਪਲੀਕੇਸ਼ਨ ID ਨੰਬਰ। ਬਸ ਹੁਣ ਤੁਸੀਂ ਕਰਨਾ ਕੀ ਹੈਗਾ ਜਿਹੜਾ ਐਪਲੀਕੇਸ਼ਨ ਨੰਬਰ ID ਨੰਬਰ ਹੈਗਾ ਉਹ ਤੁਸੀਂ ਭਰਨਾ ਹੈਗਾ। ਉਹ ਭਰਨਾ ਕਿਵੇਂ ਹੈਗਾ ਕਿ ਜਿਵੇਂ ਕਿ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਟਰੈਕ ਸਟੇਟਸ, ਬਸ ਟਰੈਕ ਸਟੇਟਸ ਜਿਹੜਾ ਨੀਚੇ ਬਟਨ ਆ ਰਿਹਾ ਹੈਗਾ ਜੇ ਤੇ ਸਰਚ ਲਿਖਿਆ ਹੋਇਆ, ਠੀਕ ਹੈ। ਟਰੈਕ ਸਟੇਟਸ ਸਰਚ ਦਾ ਇੱਕ ਆਈਕਨ ਆ ਰਿਹਾ, ਬਸ ਇਸ ਟਰੈਕ ਸਟੇਟ 'ਤੇ ਤੁਸੀਂ ਕਲਿੱਕ ਕਰ ਦੇਣਾ ਹੈਗਾ। ਜਦੋਂ ਤੁਸੀਂ ਟਰੈਕ ਸਟੇਟਸ 'ਤੇ ਕਲਿੱਕ ਕਰ ਦਿੰਦੇ ਹੈਗੇ ਹੋ ਤਾਂ ਤੁਸੀਂ ਇੱਕ ਨਵੇਂ ਵੈਬ ਪੇਜ 'ਤੇ ਜਿਹੜਾ ਆ ਵਿਜ਼ਿਟ ਕਰ ਲੈਂਦੇ ਹੋ। ਬਸ ਹੁਣ ਕਰਨਾ ਕਿ ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਐਪਲੀਕੇਸ਼ਨ ਆਈ ਡੀ ਆ ਜਿਹੜਾ ਤੁਹਾਨੂੰ ਮਤਲਬ ਕਿ ਤੁਸੀਂ ਦੇਖ ਰਹੇ ਹੈਗੇ ਹੋ ਸਕਰੀਨ ਦੇ ਉੱਤੇ ਵੀ ਇੱਕ ਸਾਈਡ 'ਤੇ ਆ ਰਿਹਾ ਹੈਗਾ, ਉਹ ਐਪਲੀਕੇਸ਼ਨ ID ਨੰਬਰ ਜਿਹੜਾ ਆ ਉਹ ਤੁਸੀਂ ਆਪਣਾ ਇਹਦੇ ਵਿੱਚ ਭਰ ਦੇਣਾ ਹੈਗਾ। ਸੋ ਇਹ ਵੈਬਸਾਈਟ ਕਈ ਵਾਰੀ ਮਤਲਬ ਕਿ ਪ੍ਰੋਸੈਸਿੰਗ ਜ਼ਿਆਦਾ ਲੈਂਦੀ ਹੈ, ਸੋ ਇਹਨੂੰ ਪੇਜ ਨੂੰ ਰੀਫਰੈਸ਼ ਤੁਸੀਂ ਜ਼ਰੂਰ ਕਰ ਲੈਣਾ ਹੈਗਾ। ਬਸ ਹੁਣ ਐਪਲੀਕੇਸ਼ਨ ID ਨੰਬਰ ਜਿਹੜਾ ਉਹ ਤੁਸੀਂ 1x1 ਜਿਹੜਾ ਆਪਣਾ ਇੱਥੇ ਬਿਲਕੁਲ ਸਹੀ ਭਰ ਦੇਣਾ ਹੈਗਾ, ਠੀਕ ਹੈ। ਐਪਲੀਕੇਸ਼ਨ ID ਨੰਬਰ ਭਰਨ ਤੋਂ ਬਾਅਦ ਤੁਸੀਂ ਬਸ ਸਰਚ 'ਤੇ ਜਿਹੜਾ ਆ ਇੱਕ ਇਹਦੇ ਨੀਚੇ ਆਪਸ਼ਨ ਆ ਰਿਹਾ, ਜਿਵੇਂ ਕਿ ਅਸੀਂ ਇਹਦੇ ਵਿੱਚ ਐਪਲੀਕੇਸ਼ਨ ID ਨੰਬਰ ਆਪਣਾ ਭਰ ਲਿਆ, ਨੀਚੇ ਆਪਸ਼ਨ ਆ ਰਿਹਾ I am not ਏ ਰਿਬੋਟ। ਸੋ ਇਹ ਕੈਪਚਾ ਹੁੰਦਾ ਆ ਵੈਬ ਪੇਜ ਦੇ ਵਿੱਚ, ਇੱਕ ਕੈਪਚਾ ਹੁੰਦਾ ਆ ਜਿਹੜਾ ਕਿ ਸਿਕਿਉਰਟੀ ਦੇ ਵਾਸਤੇ ਹੁੰਦਾ ਆ ਜਾਂ ਮਤਲਬ ਕਿ ਇੱਕ ਟਾਈਮ 'ਤੇ ਹੋਰ ਵੀ ਲੋਕ ਜਿਹੜੇ ਆ ਟਰੈਕ ਜਿਹੜੇ ਆ ਸਟੇਟਸ ਚੈੱਕ ਕਰ ਰਹੇ ਹੁੰਦੇ ਆ। ਸੋ ਇਹਦਾ ਕੈਪਚਾ ਹੁੰਦਾ ਹਰ ਇੱਕ ਫੋਨ ਦੇ ਲਈ ਵੱਖਰਾ ਵੱਖਰਾ ਹੁੰਦਾ ਆ, ਠੀਕ ਹੈ। ਇੱਕ ਟਾਈਮ 'ਤੇ ਕਾਫੀ ਲੋਕ ਜਿਹੜੇ ਆ, ਹੋ ਸਕਦਾ ਕਿ ਤੁਸੀਂ ਵੀ ਚੈੱਕ ਕਰ ਰਹੇ ਹੋ, ਸੋ ਹੋ ਸਕਦਾ ਕੋਈ ਹੋਰ ਵੀ ਚੈੱਕ ਕਰ ਰਿਹਾ ਹੋਵੇ। ਸੋ ਇਸ ਕਰਕੇ ਜਿਹੜਾ ਕੈਪਚਾ ਹੁੰਦਾ ਇੱਕ ਸਿਕਿਉਰਟੀ ਦੇ ਲਈ ਹੁੰਦਾ ਜਿਹੜਾ ਕਿ ਡਾਟਾ ਫੈਚ ਕਰਕੇ ਲਿਆ ਕੇ ਆਉਂਦਾ। ਬਸ ਹੁਣ ਤੁਸੀਂ ਸਬਮਿਟ 'ਤੇ ਕਲਿੱਕ ਕਰ ਦੇਣਾ ਹੈਗਾ ਆ। ਐਪਲੀਕੇਸ਼ਨ ID ਨੰਬਰ ਤੋਂ ਬਾਅਦ ਜਦੋਂ ਹੀ ਤੁਸੀਂ ਸਬਮਿਟ 'ਤੇ ਕਲਿੱਕ ਕਰੋਗੇ ਤਾਂ ਐਂ ਦੇਖੋ ਕਿ ਹੁਣ ਤੁਸੀਂ ਆਪਣੇ ਸਕਰੀਨ ਨੂੰ ਸਕਰੋਲ ਕਰਕੇ ਦੇਖੋਗੇ ਤਾਂ ਤੁਹਾਡੀ ਐਪਲੀਕੇਸ਼ਨ ID ਨੰਬਰ ਆ ਜਾਏਗਾ। ਸਰਵਿਸ ਨੇਮ ਦੇਖੋ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਆਪਾਂ ਡੇਟ ਔਫ ਬਰਥ ਦਾ ਜਿਹੜਾ ਸਰਟੀਫਿਕੇਟ ਆ ਉਹਦਾ ਸਟੇਟਸ ਜਿਹੜਾ ਉਹ ਤੁਸੀਂ ਚੈੱਕ ਕਰ ਸਕਦੇ ਆ, ਕਰ ਰਹੇ ਹੈਗੇ ਹੋ। ਸੋ ਬਰਥ ਨੋਨ ਅਵੇਲੇਬਿਲਿਟੀ ਸਰਟੀਫਿਕੇਟ ਅਰਬਨ ਵਿਦਇਨ ਏਰੀਆ। ਸੋ ਇਹਦੇ ਵਿੱਚ ਦੇਖੋ ਕਿ ਬਰਥ ਸਰਟੀਫਿਕੇਟ ਦਾ ਅਸੀਂ ਸਟੇਟਸ ਚੈੱਕ ਕੀਤਾ ਆ। ਸੋ ਇਹਦੇ ਵਿੱਚ ਦੇਖੋ ਕਿ ਡਿਪਾਰਟਮੈਂਟ ਆਫ ਡਿਪਾਰਟਮੈਂਟ ਦਾ ਨੇਮ, ਜਿਵੇਂ ਕਿ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਜੋ ਜਨਮ ਸਰਟੀਫਿਕੇਟ ਦਾ ਡਾਟਾ ਆ ਉਹ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਅੰਦਰ ਆਉਂਦਾ, ਇਸ ਕਰਕੇ ਡਿਪਾਰਟਮੈਂਟ ਦਾ ਨੇਮ ਹੈਗਾ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ। ਐਪਲੀਕੇਟ ਨੇਮ ਦੇਖੋ ਕਿ ਇਹਦੇ ਵਿੱਚ ਦੇਖੋ ਕਿ ਜਿਹੜਾ ਇਹ ਸਟੇਟਸ ਹੈਗਾ ਜਿਹੜਾ ਕਿ ਅਸੀਂ ਚੈੱਕ ਕੀਤਾ ਇਹਦੇ ਵਿੱਚ ਜਿਹੜਾ ਬੱਚੇ ਦੇ ਮਤਲਬ ਕਿ ਪੇਰੈਂਟਸ ਦਾ ਜਿਹੜਾ ਨਾਮ ਹੈ ਜਿਸ ਦੇ ਨਾਮ 'ਤੇ ਮਤਲਬ ਕਿ ਜਿਸ ਵੱਲੋਂ ਇਹ ਫਾਈਲ ਜਿਹੜੀ ਹੈ ਅਪਲਾਈ ਕੀਤੀ ਹੈਗੀ। ਜੇਕਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਵੇਗੀ ਤਾਂ ਹੋ ਸਕਦਾ ਜਿਹੜਾ ਐਪਲੀਕੇਟ ਦਾ ਨੇਮ ਹੈ ਉਹ ਤੁਹਾਡਾ ਹੀ ਨਾਮ ਜਿਹੜਾ ਇੱਥੇ ਮੈਂਸ਼ਨ ਹੋਏਗਾ। ਸੋ ਜਿਹੜੇ ਇਹ ਬੱਚੇ ਦੀ ਫਾਈਲ ਜਿਹੜੀ ਸੀ ਅਪਲਾਈ ਹੋਈ ਸੀ ਉਹਦੀ ਉਮਰ ਸਿਰਫ 2 ਮਹੀਨੇ ਸੀ, ਇਸ ਕਰਕੇ ਜਿਹੜਾ ਇਹਨਾਂ ਦੇ ਫਾਦਰ ਦੇ ਵੱਲੋਂ ਜਿਹੜੀ ਐਪਲੀਕੇਟ ਜਿਹੜੀ ਮਤਲਬ ਕਿ ਜਿਸ ਬੰਦੇ ਵੱਲੋਂ ਜਿਹੜੀ ਫਾਈਲ ਦਿੱਤੀ ਜਾਏਗੀ ਜੇਕਰ ਉਹਦੀ ਉਮਰ 18 ਸਾਲ ਤੋਂ ਉੱਪਰ ਹੈ ਤਾਂ ਉਸਦਾ ਖੁਦ ਦਾ ਨਾਮ ਆਏਗਾ, ਜੇਕਰ ਉਸਦੀ ਉਮਰ 18 ਸਾਲ ਤੋਂ ਘੱਟ ਹੈਗੀ ਹੈ ਤਾਂ ਫਿਰ ਉਸਦੇ ਪੇਰੈਂਟਸ ਵਿੱਚੋਂ ਜਾਂ ਫਿਰ ਜਿਸ ਬੰਦੇ ਨੇ ਫਾਈਲ ਜਿਹੜੀ ਜਮ੍ਹਾਂ ਕਰਵਾਈ ਹੋਏਗੀ ਉਸਦਾ ਨੇਮ ਆ ਜਿਹੜਾ ਆ ਜਾਂਦਾ। ਸੋ ਫਾਈਲ ਨੂੰ ਕਿਵੇਂ ਭਰਨਾ ਹੈਗਾ ਉਹਦਾ ਵੀ ਅਸੀਂ ਵੀਡੀਓ ਜਿਹੜਾ ਆ ਬਣਾਇਆ ਹੋਇਆ ਪਹਿਲਾਂ, ਡੇਟ ਔਫ ਬਰਥ ਸਰਟੀਫਿਕੇਟ ਨੂੰ ਕਿਵੇਂ ਅਪਲਾਈ ਕਰ ਸਕਦੇ ਹੈਗੇ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ।
अप्लाई डेट ये देखो कि अप्लाई डेट जिस डेट में तुम अपने डेट ऑफ बर्थ का सर्टिफिकेट अप्लाई किया होगा वो डेट जी इतने मैनशन हो जाती है। इस तो नीचे देखो कि करंट स्टेटस जो सा मेन मोटिव है इस वीडियो का वो देखो कि करंट स्टेटस आ रहा डॉकूमेंट हैज़ बीन साइनड मतलब कि डॉकूमेंट जोड़े वो साइनड हो चुके हैं इस तो बाद एंड रेडी टू डिलीवर सो जो मतलब कि तैयार हो चुका तो सर्टिफिकेट जो डेट ऑफ बर्थ का वो तो बन चुका है आ सो जो करंट लोकेशन की जो डेट ऑफ बर्थ सर्टिफिकेट से कितने जमा कराया सेवा केंद्र में जमा कराया करंट लोकेशन आ गई जी सेवा केंद्र ठीक है जी। सो इदा तुम अपना डेट ऑफ बर्थ का सर्टिफिकेट जरा स्टेटस है ऑनलाइन चैक कर सकते हैं ई सेवा डॉट पंजाब डॉट जीओ वी डॉट इन पर। सो होर नवी नवी वीडियो वेखने लिए साडे चैनल सबसक्राइब जरूर कर लवो। अज्ज दे वीडियो इतना ही मिलेंगे फिर एक नवी वीडियो नाल धन्यवाद।